ਟਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੇ ਕਿ ਤੁਹਾਡਾ ਇੱਕ ਜਿਹੜਾ ਤੁਹਾਡਾ ਫਾਰਮੈਟ ਆਇਆ ਹੈ ਕਿ ਜਿਹੜੀ ਪੰਜਾਬ ਦੇ ਨੋਨ ਬੋਰਡ ਜਮਾਤਾਂ ਲਈ ਮਾਰਚ 2023 ਦੀ ਜਿਹੜੀ ਸਲਾਨਾ ਪ੍ਰੀਖਿਆ ਦੀ ਡੇਟਸ਼ੀਟ ਸੰਬੰਧੀ ਜਿਹੜਾ ਕਿ ਇੱਕ ਪ੍ਰੈਸ ਨੋਟ ਹੈ ਜਿਹੜਾ ਕਿ ਜਾਰੀ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਤੇ ਸਕੂਲ ਜਿਹੜੇ ਸਿੱਖਿਆ ਵਿਭਾਗ ਵੱਲੋਂ ਜਿਹੜੇ ਕਿ 7 3 2023 ਤੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਨੋਨ ਬੋਰਡ ਜਮਾਤਾਂ ਦੀ ਪਹਿਲੇ ਦੂਜੀ ਤੀਜੀ ਚੌਥੀ ਤੇ 6ਵੀਂ 7ਵੀਂ 9ਵੇਂ ਤੇ 11ਵੇਂ ਵਿਦਿਆਰਥੀਆਂ ਚਲਾਨਾ ਪ੍ਰੀਖਿਆ ਕਰਵਾਈ ਜਾ ਰਹੀ ਹੈ ਤੇ ਇਸ ਸਬੰਧੀ ਜਿਹੜੇ ਨੋਨ ਮਾਡ ਮਾਤ ਹੈਗੀ ਪਹਿਲੇ ਦੂਜੀ ਤੀਜੀ ਚੌਥੀ 6ਵੀਂ 7ਵੀਂ ਸਾਂਝੇ ਤੌਰ ਤੇ ਡੈੱਡ ਸ਼ੀਟ ਜਿਹੜੀ ਕਿ ਤਿਆਰ ਕੀਤੀ ਗਈ ਹੈ ਫਾਈਨਲ ਤਾਂ ਤੁਸੀਂ ਇਸ ਨੂੰ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਜਿਹੜੇ ਕਿ ਤੁਹਾਡੇ ਪੇਪਰ ਨੇ 7 ਤਰੀਕ ਨੂੰ ਜਿਹੜੇ ਕਿ ਸਟਾਰਟ ਹੋ ਰਹੇ ਨੇ 7 ਮਾਰਚ ਨੂੰ ਇਸ ਲਈ ਬੱਚਿਓ ਆਪਣੀ ਤਿਆਰੀ ਹੈ ਜਿਹੜੀ ਹੁਣ ਤੋਂ ਸਟਾਰਟ ਕਰ ਦਿਓ ਕਿਉਂਕਿ 7 ਮਾਰਚ ਨੂੰ ਥੋੜੇ ਜਿਹੇ ਹੀ ਦਿਨ ਰਹਿ ਗਏ ਨੇ ਸਭ ਤੋਂ ਪਹਿਲਾ ਪੇਪਰ ਹੈ ਜਿਹੜਾ ਕਿ ਗਣਿਤ ਦਾ ਹੋਵੇਗਾ ਉਸ ਤੋਂ ਬਾਅਦ ਸਾਇੰਸ ਦਾ ਤੇ 9ਵੀਂ ਵਾਲਿਆਂ ਦਾ ਅੰਗਰੇਜ਼ੀ ਦਾ ਪਹਿਲਾ ਪੇਪਰ ਤੇ 8 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਛੁੱਟੀ ਹੈ ਉਸ ਤੋਂ ਬਾਅਦ 6ਵੀਂ ਵਾਲਿਆਂ ਦਾ ਸਾਇੰਸ ਦਾ ਪੇਪਰ ਆ ਫਿਰ ਅੰਗਰੇਜ਼ੀ ਦਾ ਫਿਰ ਸਾਇੰਸ ਦਾ ਇਸ ਤੇ ਅੱਗੇ ਆਪਾਂ ਦੇਖਦੇ ਹਾਂ 10ਵੀਂ ਵਾਲਿਆਂ ਦਾ ਪੰਜਾਬੀ ਪਹਿਲੀ ਜਮਾਤ ਵਾਲਿਆਂ ਦਾ ਪੰਜਾਬੀ ਦਾ ਦੂਜੀ ਦਾ ਗਣਿਤ ਦਾ ਤੀਜੀ ਦਾ ਪੰਜਾਬੀ ਦਾ ਚੌਥੀ ਦਾ ਗਣਿਤ ਦਾ ਤੇ 6ਵੀਂ ਦਾ ਕੰਪਿਊਟਰ ਸਾਇੰਸ ਦਾ ਤੇ 7ਵੀਂ ਵਾਧੂ ਵਿਸ਼ਾ ਲਿਆ ਜਾਵੇਗਾ ਮੀਨਸ ਸਰੀਰਿਕ ਸਿੱਖਿਆ ਹੋ ਗਿਆ ਜਾਂ ਖੇਤੀਬਾੜੀ ਉਸ ਤੋਂ ਬਾਅਦ ਤੁਹਾਨੂੰ 11 12 ਦੀ ਜਿਹੜੀ ਕਿ ਛੁੱਟੀ ਹੋਵੇਗੀ ਉਸ ਤੋਂ ਬਾਅਦ 13 ਤੋਂ 13 ਨੂੰ 6ਵੀਂ ਅੰਗਰੇਜ਼ੀ ਦੂਜੀ ਪੰਜਾਬੀ ਦਾ ਤੇ ਤੀਜੀ ਗਣਿਤ ਦਾ ਤੇ ਉਸ ਤੋਂ ਬਾਅਦ ਚੌਥੀ ਦਾ ਪੰਜਾਬੀ ਦਾ ਤੇ ਜਿਹੜੀ 6ਵੀਂ ਜਮਾਤ ਵਾਲਿਆਂ ਦਾ 13 ਤਰੀਕ ਨੂੰ ਅੰਗਰੇਜ਼ੀ ਦਾ ਤੇ 7ਵੀਂ ਵਾਲਿਆਂ ਨੂੰ ਗਣਿਤ ਗਣਿਤ ਮਤਲਬ ਜਿਹੜੀ 7ਵੀਂ ਅਤੇ 9ਵੀਂ ਆ ਉਹਨਾਂ ਦਾ ਗਣਿਤ ਦਾ ਪੇਪਰ ਹੈ ਉਸ ਤੋਂ ਅਗਰ 14 ਨੂੰ ਜਿਹੜੇ ਪੇਪਰ ਹੈਗੇ ਨੇ ਉਹ ਚੌਥੀ ਵਾਲਿਆਂ ਦਾ ਅੰਗਰੇਜ਼ੀ ਦਾ 6ਵੀਂ ਸਰੀਰਿਕ ਸਿੱਖਿਆ 7ਵੀਂ ਸਵਾਗਤ ਜ਼ਿੰਦਗੀ ਤੇ 9ਵੀਂ ਵਾਲਿਆਂ ਦਾ ਹਿੰਦੀ ਦਾ ਉਸ ਤੋਂ ਬਾਅਦ ਬੁੱਧਵਾਰ ਨੂੰ ਵੀ ਤੁਹਾਡੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਕਲਾਸ ਉਸ ਤੋਂ ਬਾਅਦ ਜਿਹੜੇ 16 ਤਰੀਕ ਨੂੰ ਸਵਾਗਤ ਜ਼ਿੰਦਗੀ ਪੰਜਵੀਂ ਛੇਵੀਂ ਚੌਥੀ ਦੀਜੀ ਤੇ ਇੱਧਰ ਹੈਗਾ ਨੌਵੀਂ ਤੇ ਅਗਰ ਨੌਵੀਂ ਦਾ ਜਿਹੜਾ ਕਿ ਸਮਾਜਿਕ ਸਿੱਖਿਆ ਦਾ ਹੈ ਤੇ ਜਿਹੜਿਆ ਛੇਵੀਂ ਆ ਉਹਨਾਂ ਦਾ ਸਵਾਗਤ ਜ਼ਿੰਦਗੀ ਦਾ ਹੈ 17 ਨੂੰ ਸਮਾਜਿਕ ਸਿੱਖਿਆ ਤੇ ਕੰਪਿਊਟਰ ਦਾ ਸੱਤਵੀਂ ਅਤੇ ਨੌਵੀਂ ਵਾਲਿਆਂ ਦਾ ਉਸ ਤੋਂ ਬਾਅਦ 18 ਨੂੰ ਹੈਗਾ ਛੇਵੀਂ ਦਾ ਸਮਾਜਿਕ ਸੱਤਵੀਂ ਦਾ ਸਰੀਰਿਕ ਤੇ ਪੰਜਾਬੀ A ਦਾ ਨੌਵੀਂ ਵਾਲਿਆਂ ਦਾ ਉਸ ਤੋਂ ਬਾਅਦ 20 ਮਾਰਚ ਨੂੰ ਜਿਹੜਾ ਕਿ 6ਵੀਂ ਵਾਲਿਆਂ ਦਾ ਪੰਜਾਬੀ ਦਾ ਤੇ 7ਵੀਂ ਵਾਲਿਆਂ ਦਾ ਹਿੰਦੀ ਦਾ ਤੇ 9ਵੀਂ ਵਾਲਿਆਂ ਦਾ ਪੰਜਾਬੀ B ਦਾ ਉਸ ਤੋਂ ਬਾਅਦ 21 ਮਾਰਚ ਨੂੰ ਜਿਹੜਾ ਕਿ ਵਾਧੂ ਵਿਸ਼ੇ ਦਾ ਹੈ ਫਿਰ ਕੰਪਿਊਟਰ ਸਾਇੰਸ ਤੇ ਸਵਾਗਤ ਜਿੰਦਗੀ ਦਾ ਇਸੇ ਤਰ੍ਹਾਂ ਜਿਹੜੀ ਕਿ ਤੁਹਾਡੀ ਡੇਟ ਸ਼ੀਟ ਹੈ ਤਿਆਰ ਕੀਤੀ ਗਈ ਆ ਤੇ ਬੱਚਿਓ ਅਗਰ ਜਿਹੜੇ ਇਹ ਡੇਟ ਸ਼ੀਟ ਹੈ ਕਿ 11ਵੀਂ ਵਾਲਿਆਂ ਦੀ ਤੁਸੀਂ ਇਸ ਦਾ ਵੀ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਇਹ ਸਭ ਤੋਂ ਪਹਿਲਾਂ ਤੁਹਾਨੂੰ ਚੈਨਲ ਤੇ ਦਿਖਾਈ ਗਈ ਹੈ ਅਗਰ ਤੁਸੀਂ ਵੀ ਚਾਹੁੰਦੇ ਆ ਕਿ ਤੁਹਾਨੂੰ ਇਹਨਾਂ ਪੇਪਰਾਂ ਦੀ ਤਿਆਰੀ ਤੁਹਾਡੇ ਪੇਪਰਾਂ ਦੇ ਅਕੋਰਡਿੰਗ ਵਿਦ ਸੋਲੂਸ਼ਨ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੇ ਨਵੇਂ ਤਾਂ ਵੀ ਕਰਿਓ ਥੈਂਕ ਯੂ